ਸੰਗਰੂਰ ਜ਼ਿਲ੍ਹੇ ਨੂੰ ਦੇਸ਼ ਦਾ ਸਭ ਤੋਂ ਵਧੀਆ ਜ਼ਿਲ੍ਹਾ ਹੋਣ ਦਾ ਸਨਮਾਨ ਹਾਸਲ ਹੋਇਆ। ਇਸ ਬਾਬਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਵੀਟ ਕਰਕੇ ਜਾਣਕਾਰੀ ਸਾਂਝਾ ਕੀਤੀ ਹੈ ਤੇ ਨਾਲ ਹੀ ਵਧਾਈ ਦਿੱਤੀ ਹੈ ਤਾਂ ਸੰਗਰੂਰ ਦੇਸ਼ ਦੇ ਸਭ ਤੋਂ ਵਧੀਆ ਜ਼ਿਲ੍ਹਿਆਂ ਦੇ ਵਿੱਚੋਂ ਇੱਕ ਜ਼ਿਲ੍ਹਾ ਮੰਨਿਆ ਗਿਆ ਤਾਂ ਸੰਗਰੂਰ ਜ਼ਿਲ੍ਹਾ ਦੇਸ਼ ਦਾ ਸਭ ਤੋਂ ਵਧੀਆ ਜ਼ਿਲ੍ਹਾ ਨੂੰ ਮੰਨਣ ਦਾ ਮਾਨ ਹਾਸਲ ਹੋਇਆ। ਦੇਸ਼ ਭਰ ਦੇ ਵਿੱਚ ਸਭ ਤੋਂ ਵਧੀਆ ਜ਼ਿਲ੍ਹਾ ਹੋਣ ਦਾ ਖਿਤਾਬ ਸੰਗਰੂਰ ਨੂੰ ਹਾਸਲ ਹੋਇਆ। ਗ੍ਰੀਨ ਸਕੂਲ ਪ੍ਰੋਗਰਾਮ ਤਹਿਤ ਸੰਗਰੂਰ ਦੇਸ਼ ਦਾ ਸਭ ਤੋਂ ਵਧੀਆ ਜ਼ਿਲ੍ਹਾ ਮੰਨਿਆ ਗਿਆ ਤਾਂ ਸੰਗਰੂਰ ਜ਼ਿਲ੍ਹੇ ਨੂੰ ਸਭ ਤੋਂ ਵਧੀਆ ਜ਼ਿਲ੍ਹੇ ਦਾ ਸਨਮਾਨ ਮਿਲਿਆ। ਦੇਸ਼ ਭਰ ਚੋਂ ਸਭ ਤੋਂ ਵਧੀਆ ਜ਼ਿਲ੍ਹਾ ਹੋਣ ਦਾ ਖਿਤਾਬ ਸੰਗਰੂਰ ਦੇ ਹਿੱਸੇ ਆਇਆ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਵੀਟ ਕਰਕੇ ਇਸ ਬਾਬਤ ਜਾਣਕਾਰੀ ਸਾਂਝਾ ਕੀਤੀ ਤੇ ਨਾਲ ਹੀ ਵਧਾਈਆਂ ਵੀ ਦਿੱਤੀਆਂ। ਤਾਂ ਸੰਗਰੂਰ ਦੇਸ਼ ਦਾ ਨੰਬਰ 1 ਜ਼ਿਲ੍ਹਾ ਬਣਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਇਸ ਬਾਬਤ ਜਾਣਕਾਰੀ ਸਾਂਝਾ ਕੀਤੀ ਹੈ। ਟਵੀਟ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਿਖਿਆ ਗਿਆ ਕਿ ਜਿਸ ਦਿਨ ਸੇ ਚਲਾ ਹੂੰ ਮੇਰੀ ਮੰਜ਼ਿਲ ਪੇ ਨਜ਼ਰ ਹੈ, ਆਂਖੋਂ ਨੇ ਵੀ ਮੀਲ ਕਾ ਪੱਥਰ ਨਹੀਂ ਦੇਖਾ। ਤਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਟਵੀਟ ਕਰਕੇ ਵਧਾਈਆਂ ਵੀ ਦਿੱਤੀਆਂ ਗਈਆਂ ਨੇ। ਦੇਸ਼ ਭਰ ਚੋਂ ਸਭ ਤੋਂ ਵਧੀਆ ਜ਼ਿਲ੍ਹਾ ਹੋਣ ਦਾ ਖਿਤਾਬ ਸੰਗਰੂਰ ਦੇ ਹਿੱਸੇ ਆਇਆ। ਗ੍ਰੀਨ ਸਕੂਲਸ ਪ੍ਰੋਗਰਾਮ ਤਹਿਤ ਸੰਗਰੂਰ ਦੇਸ਼ ਭਰ ਦੇ ਵਿੱਚੋਂ ਸਭ ਤੋਂ ਵਧੀਆ ਜ਼ਿਲ੍ਹਾ ਬਣਿਆ ਤਾਂ ਸੀਐਮ ਭਗਵੰਤ ਸਿੰਘ ਮਾਨ ਵੱਲੋਂ ਇਸ ਬਾਬਤ ਟਵੀਟ ਕਰਕੇ ਜਾਣਕਾਰੀ ਸਾਂਝਾ ਕੀਤੀ ਗਈ ਹੈ ਤੇ ਨਾਲ ਹੀ ਵਧਾਈਆਂ ਵੀ ਦਿੱਤੀਆਂ ਗਈਆਂ ਨੇ।